पीआरटीसी पंड बस अती पंजाब रोडवेज के कच्चे कामियां दी लगातार चल रही हड़ताल अज पंजाब सरकार वालों मीटिंग का सद्दा देने ते 30 दी हड़ताल रद्द की गई। अज सरकारी बसा के कच्चे कामियां वालों मोती महल का घराव करने का फैसला किया गया सी। इस नूं देखदे आ पंजाब सरकार वालों कच्चे कामियां नाल मीटिंग लई भरोसा दिता गया। उन्होंने कहना है कि जे किसी वर्कर की गैर हाजिरी नहीं पाई जाएगी तो सारे रूटा से रोटा जारी किया जाएगा तो असी कल तो यह बसा चलावे। पांच डिपुआ का रोटा आ चुका है जिहड़ा बिल्कुल सही है, बाकी चार डिपुआ का रोटा भी जल्दी जारी होगा ਅਤੇ ਸਵੇਰੇ ਬੱਸਾਂ ਚਲਾਈਆਂ ਜਾਣਗੀਆਂ। ਮੇਰਾ ਨਾਮ ਹੈ ਜੀ ਗੁਰਸਿਕੰਦਰ ਸਿੰਘ, ਮੈਂ ਪੀਆਰਟੀਸੀ ਪਣਬੱਸ ਕੰਟਰੈਕਟ ਵਰਕਰ ਜੂਨੀਅਰ ਬਠਿੰਡਾ ਦਾ ਪ੍ਰਧਾਨ ਹਾਂ ਜੀ। ਇਹ ਮੰਗਾਂ ਜਿਹੜੀਆਂ ਸਾਡੀਆਂ ਮੀਟਿੰਗ ਲਈ ਅਸੀਂ ਸਰਕਾਰ ਨਾਲ ਮੀਟਿੰਗ ਲੈਣ ਲਈ ਜਿਹੜੀ ਅੱਜ ਦੀ ਹੜਤਾਲ ਰੱਖੀ ਸੀਗੀ, ਸੋ ਸਾਨੂੰ ਮੀਟਿੰਗ ਮਿਲ ਗਈ ਆ ਅਤੇ ਉਹਨਾਂ ਨੇ ਭਰੋਸਾ ਦਵਾਇਆ ਵੀ ਜਲਦੀ ਸਾਡੀ ਕੈਪਟਨ ਸਾਹਿਬ ਨਾਲ ਮੀਟਿੰਗ ਹੋ ਜਾਊਗੀ ਅਤੇ ਸਾਡੀਆਂ ਇਹ ਮੰਗਾਂ ਉਹ ਮੰਨਦੀਆਂ ਜਾਣਗੀਆਂ। ਕਿੰਨੇ ਤਰ੍ਹਾਂ ਦੀ ਹੜਤਾਲ ਸੀ? ਹੜਤਾਲ ਸਾਡੀ ਇਹ 3 ਦਿਨਾਂ ਦੀ ਹੜਤਾਲ ਉਲੀਕੀ ਗਈ ਸੀ। ਜਿਹੜਾ ਅੱਜ ਦਾ ਸਾਡਾ ਪ੍ਰੋਟੈਸਟ ਸੀਗਾ ਇਹ ਪਟਿਆਲਾ ਵਿਖੇ ਸੀ, ਮੋਤੀ ਮਹਿਲ ਵੱਲ ਕੂਚ ਕਰਨਾ ਸੀਗਾ, ਪਰ ਜਦੋਂ ਅਸੀਂ ਮੋਤੀ ਮਹਿਲ ਦੇ ਕੋਲ ਗਏ ਤਾਂ ਸਾਡੀਆਂ ਜਿਹੜੇ ਪ੍ਰਸ਼ਾਸਨ ਨੇ ਗੱਲਬਾਤ ਕਰਕੇ ਅਤੇ ਸਾਡੀ ਗੱਲ ਕੈਪਟਨ ਸਾਹਿਬ ਤੱਕ ਪਹੁੰਚਾਤੀ ਸੀਗੀ। ਅੱਗੇ ਹੁਣ ਸਾਨੂੰ ਮੀਟਿੰਗ ਕਰਵਾਉਣ ਦਾ ਭਰੋਸਾ ਦਵਾਤਾ ਉਹਨਾਂ ਨੇ। ਬੱਸਾਂ ਲਗਭਗ ਸਾਡੀ ਕਮੇਟੀ ਦੇ ਹੁਕਮ ਹੈ ਵੀ ਕੱਲ੍ਹ ਤੋਂ ਬੱਸਾਂ ਚਾਲੂ ਕੀਤੀਆਂ ਜਾਣਗੀਆਂ, ਪਰ ਇਹ ਚਾਲੂ ਫੇਰ ਹੋਣਗੀਆਂ ਕਿ ਜੇਕਰ ਪੀਆਰਟੀਸੀ ਦੇ 9 ਡਿਪੂਆਂ ਦਾ ਰੂਟਾ ਪ੍ਰੋਪਰ ਸਹੀ ਆਉਂਦਾ, ਕਿਸੇ ਬੰਦੇ ਦੀ ਐਬਸੈਂਟ ਨਹੀਂ ਪੈਂਦੀ, ਤਾਂ ਇਹ ਫਿਰ ਸਵੇਰ ਬੱਸਾਂ ਪ੍ਰੋਪਰ ਰੂਟਾਂ 'ਤੇ ਚਾਲੂ ਹੋ ਜਾਣਗੀਆਂ। ਲਗਭਗ 5 ਕੁ ਡਿਪੂਆਂ ਦਾ ਰੋਟਾ ਜਿਹੜਾ ਹੁਣ ਤੱਕ ਆ ਚੁੱਕਿਆ ਉਹ ਲਗਭਗ 100% ਸਹੀ ਆਇਆ, 4 ਡਿਪੂਆਂ ਦਾ ਰੋਟਾ ਬਾਕੀ ਹੈ, ਜਦੋਂ ਉਹ ਆ ਗਿਆ ਅਤੇ ਉਦੋਂ ਅਸੀਂ ਐਲਾਨ ਕਰ ਦਾਂਗੇ ਸਵੇਰ ਚੱਲਣ ਦਾ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਅਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਅਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਅਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈੱਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਅਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਅਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਅਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਅਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਅਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਅਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈੱਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਅਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਅਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਅਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।